ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਤ ਦਾ ਟਿਕਾਊ ਭਾਣੇ ਮੰਨਣ ਲਈ ਗੁਰੂ ਦੀ ਮਿਹਰ ਹੈ ਕਿ ਆਪ ਜੀ ਇਸ ਵੇਲੇ ਰਜਾ ਵਿੱਚ ਖੜੋ ਗਏ ਹੋ। ਨਾਮ ਅਭਿਆਸ ਨਾਲ ਸੁਰਤ ਪੱਕਦੀ ਹੈ, ਇਸ ਦੇ ਪਕਾ ਦੇ ਮੁਤਾਬਕ ਇਸ ਦੀ ਐਟੀਟਿਊਡ ਰੋ ਰੁੱਖ ਭਾਣਿਆਂ ਵੱਲ ਹੁੰਦੀ ਹੈ। ਇਹ ਐਟੀਟਿਊਡ ਕਈ ਪ੍ਰਕਾਰ ਦੀ ਹੈ, ਪਰ ਚਾਰ ਤਾਂ ਮੋਟੇ ਮੋਟੇ ਦਰਜੇ ਇਹ ਹਨ। ਪਹਿਲਾ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਦੱਦੈ ਦੋਸ ਨ ਦੇਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰ ਜਨਾ। ਦੂਸਰਾ ਦਰਜਾ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਇਸ ਪੰਜਵੀਂ ਅਸ਼ਟਪਦੀ ਦੇ ਅੱਠ ਪਦੇ ਵਾਚ ਲੈਣੇ ਸੁਖਦਾਈ ਹੋਣਗੇ ਸੁਖਮਨੀ ਸਾਹਿਬ ਜੀ ਦੇ। ਤੀਸਰੇ ਦਰਜੇ ਦੇ ਭਾਵ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ, ਏਕਾ ਟੇਕ ਮੇਰੈ ਮਨ ਚੀਤ, ਜਿਸ ਕਿਛ ਕਰਣਾ ਸੋ ਹਮਰਾ ਮੀਤ ਰਹਾਉ। ਚੌਥਾ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਉ। ਗੱਲਾਂ ਨਾਲ ਜੋ ਭਾਣੇ ਅਤੇ ਸ਼ਾਕਰ ਬਣਦੇ ਹਨ, ਖੇਚਲ ਵੇਲੇ ਔਖ ਅਤੇ ਡੋਲਣ ਤੋਂ ਨਹੀਂ ਬਚਦੇ। ਸੁਰਤ ਦੇ ਪਕਾ ਉੱਤੇ ਸੁਰਤੀ ਹਿੱਲੇ ਵੀ ਤਾਂ ਟਿਕਾਣੇ ਆ ਜਾਂਦੀ ਹੈ। ਦਸਾਂ ਗੁਰੂ ਸਾਹਿਬਾਂ ਦੀ ਲਾਈਫ ਜੀਵਨੀ ਨੇ ਇਹ ਵੀ ਟੀਚ ਕੀਤਾ, ਭਾਵ ਸਿਖਾਇਆ ਹੈ ਕਿ ਆਪਣੇ ਯਤਨ ਰਜਾ 'ਤੇ ਖੜ੍ਹੇ ਰਹਿ ਕੇ ਕਰਦੇ ਰਹਿਣਾ ਮਾੜਾ ਨਹੀਂ, ਪਰ ਸਾਈਂ ਦੇ ਨਾਲੋਂ ਸੁਰਤ ਨਾ ਵਿਛੜੇ, ਅਤੇ ਜੇ ਕਾਮਯਾਬੀ ਨਾ ਹੋਵੇ ਤਾਂ ਭਾਣਾ ਮੰਨੇ ਅਤੇ ਸਮਝੇ ਕਿ ਕੁਝ ਭਲਾਈ ਹੋ ਸੀ ਜੋ ਸਾਡੀ ਸਮਝੋਂ ਪਰੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।